ਟੋਲ ਪਲਾਜ਼ਾ ਮਾਫੀਆ ਅਕਸਰ ਆਪਾਂ ਟੋਲ ਪਲਾਜ਼ਾ ਦੀਆਂ ਗੱਲਾਂ ਕਰਦੇ ਵੀ ਬੜਾ ਲੁੱਟਦੇ ਆ ਇਹ ਬੜਾ ਨਿਯਮਾਂ ਦਾ ਘਾਣ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਲੁੱਟਣਾ ਇਹਨਾਂ ਦਾ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ। ਪਰਮਾਨੈਂਟ ਲੋਕ ਅਦਾਲਤ ਵੱਲੋਂ ਇੱਕ ਫੈਸਲਾ ਦਿੱਤਾ ਗਿਆ, ਆਰਡਰ ਕੀਤਾ ਗਿਆ ਕਿ ਤੁਸੀਂ ਓਨੀ ਦੇਰ ਤੱਕ ਟੋਲ ਨਹੀਂ ਲੈ ਸਕਦੇ ਜਿੰਨੀ ਦੇਰ ਤੱਕ ਇਹ ਰੋਡ ਟੋਟਲ ਕੰਪਲੀਟ ਨਹੀਂ ਕਰਦੇ। ਇੱਕ ਉਹਨਾਂ ਨੇ ਆਰਡਰ ਸ਼ਾਇਦ 23/11 ਦੇ ਆਰਡਰ ਦਾ ਕੋਈ ਹਵਾਲਾ ਦਿੱਤਾ ਐਡਵੋਕੇਟ ਗੁਪਤਾ ਜੀ ਨੇ ਮੈਨੂੰ ਦੱਸਿਆ। ਮੈਂ ਅੱਜ ਦੁਪਹਿਰ ਵੇਲੇ ਤਕਰੀਬਨ 1:30 ਵਜੇ ਦਾ ਟਾਈਮ ਸੀ ਤੇ ਮੈਂ ਫਗਵਾੜੇ ਜਾਣਾ ਸੀ ਜਿਹੜਾ ਦਲਿਤ ਭਾਈਚਾਰੇ ਦੇ ਨਾਲ ਉੱਥੇ ਬੜਾ ਵੱਡੀ ਪੱਧਰ ਤੇ ਧੱਕਾ ਹੋਇਆ ਤੇ ਮੇਰੇ ਮਨ ਦੇ ਵਿੱਚ ਸੀ ਵੀ ਅੱਜ ਟੋਲ ਪਲਾਜ਼ਾ ਨਹੀਂ ਲੱਗੂਗਾ, ਅੱਜ ਟੋਲ ਪਲਾਜ਼ਾ ਦੇ ਉੱਤੇ ਕਲੈਕਸ਼ਨ ਨਹੀਂ ਹੋਏਗੀ, ਲੋਕ ਆਪਣਾ ਆਰਾਮ ਨਾਲ ਲੰਘਦੇ ਹੋਣਗੇ ਤੇ ਮੈਨੂੰ ਹੈਰਾਨਗੀ ਹੋਈ। ਮੈਂ ਦੇਖਿਆ ਕਿ ਉੱਥੇ ਟੋਲ ਪਲਾਜ਼ਾ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕੀਤੇ ਜਾ ਰਹੇ ਆ ਤੇ ਮੈਂ ਉਹ ਟੋਲ ਪਲਾਜ਼ਾ ਜਾ ਕੇ ਬੈਰੀਅਰ ਉਹਨਾਂ ਦੇ ਖਿਲਾਏ ਤੇ ਉਹਨਾਂ ਦੇ ਮੈਨੇਜਰ ਰਠੌਰ ਜੀ ਨੂੰ ਬੁਲਾਇਆ। ਤੁਸੀਂ ਲਾਈਵ ਮੇਰੇ ਪੇਜ ਤੇ ਦੇਖ ਸਕਦੇ ਹੋ, ਲਾਈਵ ਬੋਲ ਰਹੇ ਆ ਮੈਨੇਜਰ ਸਾਹਿਬ, ਕਹਿੰਦੇ ਜੀ ਸਾਡੇ ਕੋਲੇ ਕੋਰਟ ਦਾ ਕੋਈ ਆਰਡਰ ਨਹੀਂ ਗਾ। ਮਤਲਬ ਕਿ ਟੋਲ ਮਾਫੀਆ ਐਡਾ ਆਪਣੇ ਆਪ ਨੂੰ ਪਾਵਰਫੁਲ ਸਮਝਦਾ ਕਿ ਉਹ ਇੱਕ ਮਾਨਯੋਗ ਅਦਾਲਤ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਵਕੀਲ ਮਾਨਯੋਗ ਅਦਾਲਤ ਦੇ ਵਿੱਚ ਹਾਜ਼ਰ ਸੀ, ਤੁਸੀਂ ਜੱਜ ਨੇ ਥੋੜ੍ਹੀ ਤੁਹਾਨੂੰ ਆਰਡਰ ਦੀ ਕਾਪੀ ਦੇਣ ਆਉਣੀ ਹੈ, ਇਹ ਜੱਜ ਦੀ ਡਿਊਟੀ ਨਹੀਂ ਹੈ, ਤੁਹਾਡਾ ਵਕੀਲ ਉੱਥੇ ਆ, ਤੁਸੀਂ ਇਹ ਕਾਪੀ ਮੰਗਵਾ ਲਓ ਉਹਨਾਂ ਕੋਲੋਂ। ਨਹੀਂ ਮੰਨਿਆ ਤੇ ਅਸੀਂ ਉਹ ਸਾਰੇ ਬੈਰੀਅਰ ਜਿਹੜੇ ਹਟਾਏ, ਹਟਾ ਕੇ ਲੋਕਾਂ ਨੂੰ ਅਵੇਅਰ ਕੀਤਾ ਵੀ ਭਾਈ ਅਦਾਲਤ ਦੇ ਹੁਕਮ ਆ, ਤੁਸੀਂ ਪੈਸੇ ਨਾ ਦਿਓ। ਦੋਸਤੋ ਲੋਕਾਂ ਦੀ ਮਾਨਸਿਕਤਾ ਕੈਸੀ ਹੋਈ, ਅਸੀਂ ਸਾਰੇ ਮੇਰੇ ਸਾਥੀ ਲੋਕਾਂ ਨੂੰ ਕਹਿ ਰਹੇ ਤੇ ਲੋਕ ਆਪਣੀ ਜੇਬ ਦੇ ਵਿੱਚ ਪੈਸੇ ਦੇ ਰਹੇ। ਸੋ ਮੇਰਾ ਲਾਈਵ ਹੋ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਮਕਸਦ ਵੀ ਅਵੇਅਰਨੈਸ ਫੈਲਾਓ। ਆਰਡਰ ਦੀ ਕਾਪੀ ਟੋਟਲ ਵਾਹਵਾ 14-15 ਪੇਜਾਂ ਦਾ ਆਰਡਰ ਹੈਗਾ, ਉਹ ਮੇਰੇ ਫੇਸਬੁੱਕ ਪੇਜ ਤੇ ਆ, ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਕਰ ਰਹੇ ਹਾਂ। ਇੱਕ ਤਾਂ ਅਵੇਅਰਨੈਸ ਜ਼ਰੂਰ ਸਾਰੇ ਜਾਣੇ, ਜਦੋਂ ਮੈਂ ਵਾਪਸ ਫਗਵਾੜੇ ਤੋਂ ਆਇਆ ਉਦੋਂ ਟੋਲ ਇਕੱਠਾ ਕਰਨ ਦਾ ਤਰੀਕਾ ਉਹਨਾਂ ਨੇ ਚੇਂਜ ਕਰ ਲਿਆ। ਉਹ ਗੱਡੀ ਖੜਾਉਂਦੇ ਆ, ਬੈਰੀਅਰ ਡਿੱਗਦਾ ਥੱਲੇ ਗੱਡੀ ਖੜਾਉਂਦੇ ਆ, ਜਿਹੜਾ ਤਾਂ ਉਹਨਾਂ ਨੂੰ ਕਹਿੰਦਾ ਉਹ ਅਦਾਲਤ ਦੇ ਹੁਕਮ ਆ, ਕਿਉਂ ਤੁਸੀਂ ਸਾਨੂੰ ਪਰੇਸ਼ਾਨ ਕਰਦੇ ਹੋ, ਉਹਨੂੰ ਕਹਿੰਦੇ ਜਾਓ ਜੀ ਅਸੀਂ ਤਾਂ ਸਿਰਫ ਗੱਡੀ ਦਾ ਡਿਟੇਲ ਲਿਖਣਾ ਸੀ ਤੇ ਜਿਹਨੇ ਪੈਸੇ ਜੇਬ ਚੋਂ ਕੱਢ ਕੇ ਫੜਾਤੇ ਉਹਦੇ ਪੈਸੇ ਚੱਕ ਕੇ ਗੱਲੇ 'ਚ ਰੱਖ ਲੈਂਦੇ ਆ। ਸੋ ਦੋਸਤੋ ਅਵੇਅਰਨੈਸ ਦੀ ਜ਼ਰੂਰਤ ਹੈਗੀ ਆ। ਲੌਡੂਵਾਲ ਟੋਲ ਪਲਾਜ਼ਾ ਜਿਹੜਾ ਹਿੰਦੁਸਤਾਨ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਦੇ ਵਿੱਚੋਂ ਇੱਕ ਆ, ਇੱਥੇ ਟੋਲ ਨਹੀਂ ਦੇਣਾ, ਅਦਾਲਤ ਦੇ ਹੁਕਮ ਹੈਗੇ ਆ। ਨੰਬਰ ਦੂਸਰਾ, ਮੈਂ ਕੱਲ ਨੂੰ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਇੱਕ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਕੰਪਲੇਂਟ ਲਿਖ ਕੇ ਭੇਜਣੀ ਹੈ। ਅਦਾਲਤ ਦੇ ਹੁਕਮ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਪੁਲਿਸ ਦੀ ਹੈ ਤੇ ਹੈਰਾਨਗੀ ਆ, ਲੌਡੂਵਾਲ ਪੁਲਿਸ ਥਾਣੇ ਦੇ ਮੁਲਾਜ਼ਮ ਇੱਕ ASI ਤੇ 5-4 ਹੋਰ ਮੁਲਾਜ਼ਮ ਉਦੋਂ ਮੌਕੇ ਤੇ ਆਏ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਮਾਨਯੋਗ ਅਦਾਲਤ ਕੋਈ ਆਰਡਰ ਕਰਦੀ ਹੈ ਉਹਨੂੰ ਇੰਪਲੀਮੈਂਟ, ਉਹਨੂੰ ਲਾਗੂ ਕਿਹਨੇ ਕਰਾਉਣਾ ਪੁਲਿਸ ਨੇ। ਸੋ ਮੈਂ ਕੱਲ੍ਹ ਨੂੰ ਇੱਕ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖਣੀ ਆ ਵੀ ਇਹ ਜਿਹੜਾ ਪਰਮਾਨੈਂਟ ਲੋਕ ਅਦਾਲਤ ਦਾ ਹੁਕਮ ਆ, ਜੁਰੀਡਿਕਸ਼ਨ ਲੁਧਿਆਣਾ ਪੁਲਿਸ ਦੀ ਦੇ ਅੰਦਰ ਉਹ ਟੋਲ ਚੱਲ ਰਿਹਾ ਤੇ ਇਹਨੂੰ ਲਾਗੂ ਕਰਾਓ ਤਾਂ ਕਿ ਟੋਲ ਮਾਫੀਆ ਲੋਕਾਂ ਦੇ ਕੋਲੋਂ ਪੈਸੇ ਨਾ ਲੈ ਸਕੇ। ਤੇ ਦੂਸਰਾ, ਲੋਕ ਇਨਸਾਫ਼ ਪਾਰਟੀ ਦੇ ਵਲੰਟੀਅਰ ਕੱਲ੍ਹ ਤੋਂ ਜਿਹੜੇ ਹੋਰ ਵੀ ਦੋਸਤ ਚਾਹੁੰਦੇ ਹੋਣੇ ਕਾਰ ਸੇਵਾ ਯੱਗ ਦੇ ਵਿੱਚ ਯੋਗਦਾਨ ਪਾਉਣਾ ਤੇ ਤੁਸੀਂ ਵੀ ਆਇਓ, ਕੱਲ੍ਹ ਤੋਂ ਉੱਥੇ ਵਲੰਟੀਅਰ ਲਾਵਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ, ਟੋਲ ਮਾਫੀਆ ਨੂੰ ਪੈਸੇ ਨਹੀਂ ਲੈਣ ਦੇਵਾਂਗੇ ਜਿੰਨੀ ਦੇਰ ਤੱਕ ਇਹ ਮਾਨਯੋਗ ਅਦਾਲਤ ਦੇ ਹੁਕਮ ਸਟੈਂਡ ਕਰਦੇ ਆ। ਸੋ ਦੋਸਤੋ ਇਹ ਮੇਰੇ ਇਕੱਲੇ ਕਰਨਾ ਕੁਛ ਨਹੀਂ ਹੋਣ ਲੱਗਿਆ, ਬੇਈਮਾਨਾਂ ਦੇ ਵਿਰੁੱਧ, ਕਰਪਸ਼ਨ ਦੇ ਵਿਰੁੱਧ, ਮਾਫੀਆ ਦੇ ਵਿਰੁੱਧ ਸਾਰਿਆਂ ਨੂੰ ਬਣਦੀ ਡਿਊਟੀ ਨਿਭਾਉਣੀ ਪਏਗੀ ਤਾਂ ਕਿਤੇ ਜਾ ਕੇ ਇਹਨੂੰ ਨਕੇਲ ਪੈਣੀ ਆ। ਮੈਂ ਆਸ ਕਰਦਾ ਟੋਲ ਪਲਾਜ਼ਾ ਦੇ ਵਰਖਿਲਾਫ਼ ਜਿਹੜਾ ਮਾਨਯੋਗ ਪਰਮਾਨੈਂਟ ਲੋਕ ਅਦਾਲਤ ਦਾ ਹੁਕਮ ਆਇਆ ਉਹਦੀ ਕਾਪੀ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ
ਵੱਧ ਤੋਂ ਵੱਧ ਇਹ ਵੀਡੀਓ ਵੀ ਜਰੂਰ ਬਾਕੀਆਂ ਨੂੰ ਦੱਸਿਓ, ਆਪਣੇ ਦੋਸਤਾਂ ਨੂੰ ਦੱਸਿਓ ਵੀ ਭਾਈ ਲਾਡੂਵਾਲ ਟੋਲ ਪਲਾਜ਼ਾ ਦੇ ਉੱਤੇ ਇੱਕ ਨਵਾਂ ਪੈਸਾ ਨਹੀਂ ਦੇਣਾ। ਉੱਥੇ ਕੋਰਟ ਦੇ ਹੁਕਮ ਹੈ ਕਿ ਜਿੰਨੀ ਦੇਰ ਤੱਕ ਇਹ ਪੰਜਾਬ ਦਾ ਪੋਰਸ਼ਨ ਕੰਪਲੀਟ ਨਹੀਂ ਕਰਨਾ ਉਨੀ ਦੇਰ ਤੱਕ ਇਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ। ਇਨਕਲਾਬ ਜਿੰਦਾਬਾਦ, ਬੁਲਣਾ ਟੋਲ ਪਲਾਜ਼ਾ ਲਾਡੂਵਾਲ ਜਾ ਕੇ ਬਹੁਤ ਬਹੁਤ ਧੰਨਵਾਦ।